ਟਾਰਚ ਲਾਈਟ ਨਾਲ ਡਿਲੀਵਰੀ ਕਰਨ ਦਾ ਮਾਮਲਾ। ਹਸਪਤਾਲ ਪਹੁੰਚੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ। SMO ਨੇ ਦਿੱਤਾ ਘਟਨਾ ਤੇ ਸਪਸ਼ਟੀਕਰਨ। ਬਨੂੜ ਦੇ ਸਰਕਾਰੀ ਹਸਪਤਾਲ ਤੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਦਰਅਸਲ ਬੀਤੀ ਰਾਤ ਇੱਕ ਔਰਤ ਨੂੰ ਲੇਬਰ ਪੇਨ ਹੋ ਰਹੀ ਸੀ ਅਤੇ ਉਸ ਨੂੰ ਬਨੂੜ ਦੇ ਸਰਕਾਰੀ ਹਸਪਤਾਲ ਲਿਆਂਦਾ ਰਿਹਾ। ਔਰਤ ਨੂੰ ਆਟੋ ਰਾਹੀਂ ਹਸਪਤਾਲ 'ਚ ਲਿਆਂਦਾ ਗਿਆ। ਜਦੋਂ ਔਰਤ ਹਸਪਤਾਲ ਪਹੁੰਚੀ ਤਾਂ ਹਸਪਤਾਲ ਵਿੱਚ ਲਾਈਟ ਨਹੀਂ ਸੀ। ਜਨਰੇਟਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਨਰੇਟਰ ਵਿੱਚ ਵੀ ਤੇਲ ਖਤਮ ਸੀ। ਤੁਹਾਨੂੰ ਦੱਸ ਦਈਏ ਕਿ ਔਰਤ ਨੂੰ ਲੇਬਰ ਪੇਨ ਕਾਫੀ ਹੋ ਰਹੀ ਸੀ ਅਤੇ ਡਾਕਟਰ ਉਸ ਨੂੰ ਲੇਬਰ ਰੂਮ ਵਿੱਚ ਲੈ ਗਏ ਅਤੇ ਟੋਰਚ ਲਾਈਟ ਵਿੱਚ ਹੀ ਡਿਲੀਵਰੀ ਕਰ ਦਿੱਤੀ। ਇਸ ਸਾਰੇ ਮਾਮਲੇ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ 'ਤੇ ਕਾਫੀ ਸਵਾਲ ਉੱਠਣ ਲੱਗੇ। ਉਸ ਤੋਂ ਬਾਅਦ ਅੱਜ ਸਵੇਰੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਸਰਕਾਰੀ ਹਸਪਤਾਲ ਬਨੂੜ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ SMO ਨਾਲ ਗੱਲਬਾਤ ਕੀਤੀ ਅਤੇ ਇਸ ਪੂਰੀ ਘਟਨਾ ਬਾਰੇ ਪੁੱਛਗਿੱਛ ਕੀਤੀ। SMO ਨੇ ਕਿਹਾ ਕਿ ਉਸ ਵਕਤ ਲਾਈਟ ਨਹੀਂ ਸੀ ਅਤੇ ਜਨਰੇਟਰ ਵਿੱਚ ਵੀ ਤੇਲ ਖਤਮ ਹੋ ਗਿਆ ਸੀ। ਔਰਤ ਦੀ ਹਾਲਤ ਨੂੰ ਵੇਖਦੇ ਹੋਏ ਔਰਤ ਦੀ ਜਾਨ ਬਚਾਉਣ ਲਈ ਅਤੇ ਬੱਚੇ ਦੀ ਜਾਨ ਬਚਾਉਣ ਲਈ ਟੋਰਚ ਲਾਈਟ ਵਿੱਚ ਉਸਦਾ ਆਪਰੇਸ਼ਨ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨੇ ਕਿਹਾ ਕਿ ਘਟਨਾ ਸੰਬੰਧੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇ ਤਾਂ ਲਾਈਟ ਦੀ ਪ੍ਰੋਬਲਮ 20-25 ਦਿਨ ਤੋਂ ਆ ਰਹੀ ਹੈ, ਲਗਾਤਾਰ ਰੋਜ਼ ਕੱਟ ਲੱਗਦੇ, ਕਦੇ ਸਵੇਰੇ ਕਦੇ ਸ਼ਾਮ ਕਦੇ ਉਹ, ਅਤੇ ਅਸੀਂ ਕਾਫ਼ੀ ਵਾਰੀ ਤੇਲ ਪਾ ਦਿੰਦੇ ਹਾਂ ਉਹਦੇ 'ਚ ਜਨਰੇਟਰ 'ਚ, ਪਰ ਉਸ ਟਾਈਮ ਅਚਾਨਕ ਖਤਮ ਹੋ ਗਿਆ। ਅਤੇ ਮਤਲਬ ਖਤਮ ਹੋਣ ਦੀ ਗੱਲ ਜਿਹੜੀ ਟਰਾਂਸਪੋਰਟ ਦੀ ਕਮਿਊਨੀਕੇਸ਼ਨ ਗੈਪ ਰਹਿ ਗਿਆ। ਅਤੇ ਬਾਕੀ ਇਹ ਕਿ ਅਸੀਂ ਕਈ ਵਾਰੀ ਅਪਰੋਚ ਕੀਤਾ SDO ਸਾਹਿਬ ਨੂੰ, ਆਪਣਾ ਪੋਲੀਟੀਕਲ ਨੁਮਾਇੰਦਿਆਂ ਨੂੰ ਵੀ, ਕਿ ਇਹ ਬਿਜਲੀ ਦੀ ਪ੍ਰੋਬਲਮ ਸੋਲਵ ਕਰਵਾਓ, ਕਿਉਂਕਿ ਹੌਸਪੀਟਲ ਲਈ ਅਤੇ ਵੈਕਸੀਨ ਲਈ ਵੀ ਬਹੁਤ ਜ਼ਰੂਰੀ ਹੈ। ਜਨਰੇਟਰ ਦਾ ਅਰਾਊਂਡ ਦ ਕਲੋਕ ਜਿਸ ਤਰ੍ਹਾਂ ਆਪਣਾ ਹੈਗੇ 3 ਬੰਦੇ, ਉਹ ਆਪਸ ਕਰਦੇ, ਮਤਲਬ ਜੇ ਚਾਹੀਦਾ ਹੁੰਦਾ ਚਲਾ ਲੈਂਦੇ ਹੈ, ਜਦ ਨਹੀਂ ਚਾਹੀਦਾ ਬੰਦ ਕਰ ਲੈਂਦੇ ਹੈ। ਅਤੇ ਤੇਲ ਮੈਨੂੰ ਇਨਫੋਰਮ ਕਰਦੇ, ਮੈਂ ਪਵਾ ਦਿੰਦੀ ਹਾਂ। ਮੇਰੇ ਸਟਾਫ ਮੈਂਬਰ ਵੀ 2 ਹੈਗੇ ਜਿਹੜੇ ਫਾਈਨੈਂਸ਼ੀਅਲ ਡੀਲ ਕਰ ਰਹੇ, ਉਹ ਵੀ ਪਵਾ ਦਿੰਦੇ ਹੈ। ਰਾਮਪੁਰ ਕਲਾਂ ਦੇ ਕੋਲ ਕੋਈ ਹੈ, ਬਾਲੀਵੁੱਡ ਗਲੀ ਆ। ਕਿੰਨੇ ਕੁ ਵਜੇ ਦੀ? 6:30 ਪੇਸ਼ੈਂਟ ਹੈਗਾ ਉੱਪਰ। ਪੇਸ਼ੈਂਟ ਤੁਹਾਡੇ ਕੋਲ ਐਡਮਿਟ ਸੀ ਜਾਂ ਉਦੋਂ ਹੀ ਆਇਆ ਬਾਹਰੋਂ? ਨਹੀਂ, ਪੇਸ਼ੈਂਟ ਬਾਹਰੋਂ ਆਇਆ, ਹੁਣ ਐਡਮਿਟ ਹੈ। ਤੇ ਇਹ ਕੱਲ ਮੀਡੀਆ 'ਚ ਕੋਈ ਵੀਡੀਓ ਵਾਇਰਲ ਹੋਈ ਆ ਵੀ ਬੱਚੇ ਦੀ ਜਿਹੜੀ ਡਿਲੀਵਰੀ ਆ ਉਹ ਆਟੋ 'ਚ ਹੋਈ ਆ, ਪਰ ਇਦਾਂ ਦਾ ਕੁਝ ਨਹੀਂ ਹੋਇਆ, ਕਿਉਂਕਿ ਉਹ ਠੀਕ ਹੈ। ਇੱਕ ਲਾਈਟ ਦੀ ਜਿਹੜੀ ਸਮੱਸਿਆ, ਮੈਂ ਥੋੜਾ ਮੌਸਮ ਕਰਕੇ ਵੀ ਆ SDO ਸਾਹਿਬ ਨਾਲ ਵੀ ਹੁਣ ਗੱਲ ਕਰਕੇ ਹਟੇ ਆ। ਉਹ ਕਹਿੰਦੇ ਸਾਰੀ ਜਿਹੜੀ ਅਰਬਨ ਦੀ ਲਾਈਟ 'ਚ ਪ੍ਰੋਬਲਮ ਸੀਗੀ, ਵੀ ਉਹ ਜਲਦੀ ਇੱਕ ਪਹਿਲ ਦੇ ਆਧਾਰ 'ਤੇ ਹਮੇਸ਼ਾ ਹੌਸਪੀਟਲ ਨੂੰ ਅਸੀਂ ਕਰਦੇ ਹਾਂ ਅਤੇ ਅੱਗੇ ਤੋਂ ਕਰਾਂਗੇ ਵੀ, ਉਹਨਾਂ ਨੇ ਇਸ ਚੀਜ਼ ਦਾ ਆਸ਼ਵਾਸਨ ਵੀ ਦਿੱਤਾ ਆ। ਬਾਕੀ ਰਹੀ ਗੱਲ ਜਿਹੜੀ ਦੂਜੀ ਆ, ਉਹਦੇ ਜਿਹੜੀ ਆਪਣੀ ਕੱਲ੍ਹ ਪੇਸ਼ੈਂਟ ਆਇਆ ਸੀਗਾ, ਪੇਸ਼ੈਂਟ ਜਿਹੜਾ ਸੀਗਾ ਉਹ ਇੱਥੇ ਐਡਮਿਟ ਹੈ, ਜਿਨ੍ਹਾਂ ਦੇ ਆਪਣੇ SMO ਸਾਹਿਬ ਨੇ ਤੁਹਾਨੂੰ ਦੱਸਿਆ ਵੀ ਉਹਦੇ ਜਿਹੜੇ ਬੇਬੀ ਨੇ ਜਨਮ ਲਿਆ ਅਤੇ ਉੱਪਰ ਐਡਮਿਟ ਵੀ ਹੈਗਾ ਆ। ਕਿਉਂਕਿ ਕਈ ਵਾਰੀ ਸਾਡਾ ਥੋੜ੍ਹਾ ਜਿਹਾ ਕਮਿਊਨੀਕੇਸ਼ਨ ਗੈਪ ਪੈਣ ਨਾਲ ਕੋਈ ਗੱਲ ਹੁੰਦੀ ਕੁਛ ਹੋਰ ਹੈ, ਉਹਦੇ ਸਿੱਟੇ ਕੁਛ ਹੋਰ ਹੁੰਦੇ ਆ, ਕਿਉਂਕਿ ਸਾਡਾ ਸਾਰਾ ਇਹੋ ਜਿਹੀ ਗੱਲ ਨਹੀਂ ਹੈਗੀ। ਜਿਹੜੀ ਸਾਡੀ ਡਾਕਟਰ ਲੋਬੀ ਆ ਜਿਹੜੀ ਸਾਰੀ, ਉਹ ਬੜੀ ਵਧੀਆ ਆ, ਸਾਰੇ ਪਾਸੇ ਹੀ ਆ, ਕਿਉਂਕਿ ਉਹ ਸਰਕਾਰ ਨਾਲ ਰਲ ਕੇ ਚੱਲ ਰਹੇ ਆ, ਤਾਂ ਕਿ ਅਸੀਂ ਜਿਹੜਾ ਇਹ ਸਿਹਤ ਜਿਹੜੀ ਸਹੂਲਤ ਹੈ, ਜਿਹਤੇ ਆਪਣੀ ਸਰਕਾਰ ਦਾ ਮੁੱਖ ਏਜੰਡਾ ਆ, ਉਹਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਮੁਹੱਈਆ ਕਰਾਇਆ ਜਾ ਸਕੇ। ਜਨਰੇਟਰ ਦਾ ਤਾਂ ਦੇਖੋ ਦੋ ਚੀਜ਼ਾਂ ਹੁੰਦੀਆਂ ਆ, ਕਈ ਵਾਰੀ ਕੁਛ ਨੈਚੁਰਲੀ ਵੀ ਕੋਈ ਪ੍ਰੋਬਲਮ ਪੈ ਸਕਦੀ ਆ, ਪਰ SMO ਸਾਹਿਬ ਨੇ ਦੱਸਿਆ ਵੀ ਇੱਥੇ ਥੋੜ੍ਹਾ ਤੇਲ ਦੀ ਦਿੱਕਤ ਆ ਗਈ ਸੀ, ਕਿਉਂਕਿ ਜਿੱਦਾਂ ਮੌਸਮ ਵੀ ਅਸੀਂ ਪਿਛਲੇ ਦਿਨ ਹੀ ਦੇਖ ਰਹੇ ਸੀਗੇ ਵੀ ਜਿਹੜਾ ਜਿਹਨਾਂ ਦੀ ਡਿਊਟੀ ਹੁੰਦੀ ਆ
ਕਿਤੇ ਨਾ ਕਿਤੇ ਉਹਨਾਂ ਦੀ ਕਮਿਊਨੀਕੇਸ਼ਨ 'ਚ ਇਹ ਗੈਪ ਰਿਹਾ ਵੀ ਉਹਨਾਂ ਨੇ ਦੂਜੇ ਨੂੰ ਦੱਸ ਨਹੀਂ ਸਕਿਆ, ਅਗਲੇ ਨੂੰ ਦੱਸਿਆ ਹੈਗਾ ਆ ਉਹ ਹੈਂਡਲ ਇਹਨੂੰ ਕਰ ਪਾਇਆ। ਕਾਰਵਾਈ ਹੁਣ ਐਸ ਐਮ ਸਾਹਿਬ ਨੂੰ ਕਿਹਾ, ਇੱਕ ਤਾਂ ਜੋ ਇੱਥੇ ਦੀ ਕਮੀ ਪੇਸੀ ਆ ਸਾਰੀ ਹੈਗੀ ਆ, ਕੋਈ ਦਿੱਕਤ ਆਉਂਦੀ ਆ ਉਹਨੂੰ ਤੁਸੀਂ ਇੱਕ ਨੋਟਸ ਬਣਾ ਕੇ ਜੋ ਚੀਜ਼ ਹੈਗੀ ਆ ਡਿਮਾਂਡਡ ਦੇ ਤੌਰ 'ਤੇ ਤੁਸੀਂ ਸਾਨੂੰ ਅੱਗੇ ਦਿਓ ਭੇਜੋ ਜੋ ਤੁਹਾਡਾ ਬਾਈ ਰੂਲ ਅਤੇ ਪ੍ਰੋਟੋਕੋਲ ਬਣਦਾ ਆ। ਬਾਕੀ ਇਹਨਾਂ ਨੇ ਕਹਿੰਦੇ ਕਲਾਸ ਇਹਨਾਂ ਦੀ ਲਈ ਆ ਸਾਰਿਆਂ ਦੀ ਬੈਠ ਕੇ, ਕਿਉਂਕਿ ਜੋ ਇਹਨਾਂ ਦਾ ਬਣਦਾ ਵੀ ਆ, ਬਾਕੀ ਇੱਦਾਂ ਦੀ ਕੋਈ ਕਤਾਈ ਨਹੀਂ ਹੋਊਗੀ। ਅੱਜ ਮੈਂ ਸਾਰਾ ਲੱਖਣਾ ਵਾਸੀ ਨੂੰ ਵੀ ਕਹਿਣਾ ਚਾਹੁੰਦਾ ਹਾਂ ਵੀ ਇੱਦਾਂ ਦੀ ਕੋਈ ਗੱਲ ਹੈ ਨਹੀਂ, ਅਤੇ ਹੋਸਪਿਟਲ ਵੀ ਬੜਾ ਸੋਹਣਾ ਆ ਅੰਦਰੋਂ ਅਤੇ ਸਟਾਫ ਵੀ ਬੜਾ ਅੱਛਾ ਆ। ਇਹ 24 ਘੰਟੇ ਐਮਰਜੈਂਸੀ ਲੈ ਕੇ ਚਰਚਾ 'ਚ ਪਿਛਲੇ ਕਾਫੀ ਲੰਬੇ ਸਾਲ ਤੋਂ ਬਣਿਆ ਹੋਇਆ ਜੀ, ਸਰਕਾਰਾਂ ਵੀ ਬਦਲ ਗਈਆਂ ਪਰ ਇੱਥੇ ਸਹੂਲਤਾਂ ਜਿਹੜੀਆਂ ਵਧੀਆ ਨਹੀਂ ਮਿਲ। ਪਤਾ ਕੀ ਹੈ ਜੀ, ਦੇਖੋ ਗੱਲ ਇਹ ਹੈ ਵੀ ਤੁਸੀਂ ਲੰਬੇ ਸਮੇਂ ਤੋਂ ਗੱਲ ਕਰ ਰਹੇ ਹੋ, ਕਿਉਂਕਿ ਜੇ ਆਪਾਂ ਉਹੀ 70-75 ਸਾਲ ਵਾਲੀ ਗੱਲ ਆਈਏ, ਕਿਉਂਕਿ ਉਹ ਜਿਹੜਾ ਕੂੜਾ ਕਰਕਟ ਹੈ ਉਹ ਇੰਨੇ ਟਾਈਮ ਛੇਤੀ ਜਲਦੀ ਸਾਫ਼ ਨਹੀਂ ਹੁੰਦਾ, ਥੋੜ੍ਹਾ ਸਮਾਂ ਲੱਗਦਾ ਉਹ ਚੀਜ਼ ਨੂੰ, ਕਿਉਂਕਿ ਆਪਾਂ ਵਾਰ ਵਾਰ ਕਿਸੇ ਦੀ ਜੇ ਕਿਸੇ 'ਚ ਨੁਕਸ ਕੱਢਣ 'ਤੇ ਲੱਗ ਜਾਈਏ ਤਾਂ ਸਾਨੂੰ ਉਹ 'ਚ ਚੰਗਿਆਈ ਨਹੀਂ ਦਿਖੂਗੀ, ਅਸੀਂ ਨੁਕਸ ਬਿਲਕੁਲ ਲੱਭ ਲਾਂਗੇ ਭਾਵੇਂ ਸਭ ਸੂਰਤ ਰੱਬ ਦਾ ਰੂਪ ਹੀ ਕੋਈ ਖੜਿਆ ਹੋਵੇ। ਸੋ ਇਹ ਸਮੇਂ ਨਾਲ ਸਾਰਾ ਕੁਛ ਸਲੋ ਸਲੋ ਠੀਕ ਹੋ ਜਾਣਾ ਆ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ। ਨਹੀਂ ਬਿਲਕੁਲ ਅੱਗੇ ਵਾਸਤੇ ਸਾਰਾ ਕੁਛ ਕਿਹਾ ਗਿਆ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ, ਕਿਉਂਕਿ ਡਾਕਟਰ ਸਾਹਿਬ ਆਪ ਬੜੇ ਸਿਨਸੀਅਰ ਹੈ, ਤੁਸੀਂ ਦੇਖਿਆ ਬੜੇ ਪੁਰਾਣੇ ਇੱਥੇ ਜੌਬ ਕਰ ਰਹੇ ਆ, ਇਹਨਾਂ ਦਾ ਬੜਾ ਰਸੂਖ ਹੈ। ਬਨੂੜ ਤੋਂ ਅਮਰਿੰਦਰ ਸਿੰਘ ਮੋਹੀ ਦੀ ਰਿਪੋਰਟ।